ਜਿੱਥੇ ਸਨਅਤਨੀ ਜ਼ਰੂਰੀਅਤ ਹੋਰ ਬਾਜ਼ਾਰ ਵਿੱਚ ਇਸਨੀ ਮੰਗਾਂ ਕੀ ਪੂਰਾ ਕਰਨਾ ਹੈ। ਉੱਥੇ ਹੀ ਦੂਏ ਪਾਸੇ ਹੁਨਰਮੰਦਾਂ ਕੀ ਮੁਨਾਸਬ ਪਲੇਟਫਾਰਮ ਮੁਹੱਈਆ ਕੀਤਾ ਜਾਵੇ। ਦਰਅਸਲ ਕੋਵਿਡ ਤੋਂ ਬਾਅਦ ਨੇ ਦੌਰ ਵਿੱਚ ਨੌਕਰੀਆਂ ਦੇ ਮੁਤਲਕ ਕਸੇਰੀਆਂ ਪਰੇਸ਼ਾਨੀਆਂ ਆਈਆਂ ਹਨ। ਹੁਨਰਮੰਦ ਹੋਣ ਦੇ ਬਾਵਜੂਦ ਕਈ ਸਾਰੇ ਲੋਕ ਬੇਰੁਜ਼ਗਾਰ ਹੋ ਗਏ। ਇਸੇ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਇਹਨਾਂ ਕੀ ਹੁਨਰ ਨਾਲ ਫਰੋਗ ਦੇਣ ਵਾਸਤੇ ਹੋਰ ਇਹਨਾਂ ਦੀ ਹੌਸਲਾ ਅਫਜ਼ਾਈ ਵਿੱਚ ਕਾਰਾਮਦ ਸਾਬਿਤ ਹੋਇਆ। ਹੁਨਰਮੰਦੀ ਦੀ ਤਰਬੀਅਤ ਹੋਰ ਸਿੰਧ ਹਾਸਿਲ ਕਰਨ ਵਾਸਤੇ ਨੌਜਵਾਨਾਂ ਕੀ ਅਮਦਾਦ ਫਰਾਹਮ ਕੀਤੀ ਜਾਵੇ। ਵਜ਼ਾਰਤ ਦੇਹੀ ਤਰੱਕੀ ਸੈਲਫ ਇੰਪਲਾਈਮੈਂਟ RSITI ਦੇ ਤਹਿਤ ਹੁਨਰਮੰਦ ਤਰੱਕੀਆਤੀ ਪ੍ਰੋਗਰਾਮਾਂ ਕੀ ਨਾਫਿਜ ਕਰਨੀ ਹੈ। ਜਿਹੜੀ ਇੱਕ ਟ੍ਰੇਨੀ ਕੀ ਬੈਂਕ ਕ੍ਰੈਡਿਟ ਦੇਣ ਵਾਸਤੇ ਹੋਰ ਆਪਣਾ ਮਾਈਕਰੋ ਇੰਟਰਪ੍ਰਾਈਜ਼ ਸ਼ੁਰੂ ਕਰਨ ਦੇ ਕਾਬਿਲ ਬਣਾਉਣੀ ਹੈ। ਨਾਲ ਹੀ ਨਾਲ ਦੂਈ ਸਕੀਮ NRLM ਉਮੀਦ ਜਿਹੜੀ ਪੂਰੇ ਹਿੰਦੁਸਤਾਨ ਵਿੱਚ ਚੱਲਣੀ ਹੈ ਲੱਗੀ ਵੀ। ਇਹ ਸਕੀਮ ਹਕੂਮਤ ਦੀ ਤਰਫੋਂ ਮੁਲਕ ਨੇ ਗ੍ਰਾਵਾਂ ਵਿੱਚ ਚਲਾਈ ਜਾਣੀ ਹੈ। ਜੰਮੂ ਕਸ਼ਮੀਰ ਨੇ ਸਰਹੱਦੀ ਜ਼ਿਲ੍ਹੇ ਪੁੰਛ ਦੀ ਤਹਿਸੀਲ ਮੰਡੀ ਅਤੇ ਪੂਰੇ ਜ਼ਿਲ੍ਹੇ ਪੁੰਛ ਵਿੱਚ ਇਸ ਸਕੀਮ ਦੀ ਕਾਮਯਾਬ ਬਣਾਇਆ ਗਿਆ ਵਾ ਹੈ। ਖਾਸ ਕਰਕੇ ਇਸ ਸਕੀਮ ਵਿੱਚ ਖਵਾਤੀਨ ਕੀ ਜ਼ਿਆਦਾਤਰ ਜੋੜਿਆ ਗਿਆ ਹੈ ਤਾਂ ਕਿ ਵੇ ਆਪਣਾ ਰੁਜ਼ਗਾਰ ਕਮਾ ਸਕਣ। ਮੈਂ ਤੁਸਾਂ ਸਾਰਿਆਂ ਸੁਣਨ ਹਾਲਿਆਂ ਕਿ ਤਹਿਸੀਲ ਮੰਡੀ ਨੀ ਇੱਕ ਨੌਜਵਾਨ ਨਾਜ਼ੀਆ ਅਖਤਰ ਨੀ ਇੱਕ ਕਹਾਣੀ ਸੁਣਾਉਣੀ ਆ, ਜਿਹੜੀ ਉਮੀਦ ਸਕੀਮ ਦੇ ਨਾਲ 2016 ਤੋਂ ਜੁੜੀ ਹੋਈ ਹੈ। ਨਾਜ਼ੀਆ ਅਖਤਰ ਮੰਡੀ ਅਜ਼ਮਾਬਾਦ ਦੀ ਰਹਿਣ ਵਾਲੀ ਹੈ। ਇਸਨੇ ਜਿਸ ਵੇਲੇ ਉਮੀਦ ਸਕੀਮ ਵਿੱਚ ਕਦਮ ਰੱਖਿਆ ਤਾਂ ਕੀ ਕੁਝ ਫਾਇਦਾ ਇਸਕੀ ਹਾਸਲ ਹੋਇਆ। ਨਾਜ਼ੀਆ ਆਖਣੀ ਹੈ ਕਿ ਮੈਂ 2016 ਵਿੱਚ ਯੂ ਉਮੀਦ ਨਾ ਸੈਂਟਰ ਇੱਥੇ ਅਜ਼ਮਾਬਾਦ ਮੰਡੀ ਵਿੱਚ ਖੋਲ੍ਹਿਆ। ਇਸ ਸੈਂਟਰ ਨੇ ਤਹਿਤ ਕਾਫੀਆਂ ਸਾਰੀਆਂ ਨੌਜਵਾਨ ਖਵਾਤੀਨਾਂ ਕੀ ਹੁਨਰਮੰਦ ਬਣਾਇਆ। ਨਾਜ਼ੀਆ ਆਖਣੀ ਹੈ ਕਿ ਔਰਤਾਂ ਕੀ ਫਲਾਹ ਤੇ ਔਰ ਇਹਨਾਂ ਕੀ ਖੁਦ ਅਨਹਸਾਰ ਬਣਾਉਣ ਵਾਸਤੇ ਯਾਨੀ ਖੁਦ ਅਖਤਿਆਰ ਬਣਾਉਣ ਵਾਸਤੇ ਇਸਨੇ ਐਸੇ ਸੈਂਟਰ ਵਿੱਚ ਕੰਮ ਕਰਨ ਵਾਲੀ ਇੱਕ ਸਮੀਨਾ ਆਖਣੀ ਹੈ ਕਿ ਨਾਜ਼ੀਆ ਗਨਈ ਅਸਾਂ ਸਾਰਿਆਂ ਵਾਸਤੇ ਇੱਕ ਮਿਸਾਲ ਹੈ। ਪੂਰੀ ਮੰਡੀ ਤਹਿਸੀਲ ਵਾਸਤੇ ਵਾ ਇੱਕ ਮਿਸਾਲ ਕਾਇਮ ਹੋ ਗਈ ਹੈ। ਬਗੈਰ ਕਿਸੇ ਲਾਲਚ ਤੋਂ ਵਾ ਇਸ ਮਿਸ਼ਨ ਕੀ ਅੱਛੇ ਤਰੀਕੇ ਨਾਲ ਚਲਾਉਣੀ ਹੈ ਲੱਗੀ ਵੀ। ਅਸਾਂ ਵੀ ਚਾਹੀਏ ਕਿ ਅਸ ਸਾਰੀਆਂ ਖਵਾਤੀਨਾਂ ਕੀ ਚਾਹੀਏ ਕਿ ਹਰ ਜਗ੍ਹਾ ਅੱਗੇ ਆਵਣ, ਹਰ ਚੀਜ਼ ਨਾਲ ਫਾਇਦਾ ਹਾਸਲ ਕਰਨ ਅਤੇ ਖਾਸੀਆਂ ਸਾਰੀਆਂ ਖਵਾਤੀਨ ਇਸਨੀ ਵਜ੍ਹਾ ਨਾਲ ਅੱਜ ਹੁਨਰਮੰਦ ਬਣੀਆਂ ਹੋਈਆਂ ਹਨ। ਹੋਰ ਆਪਣੇ ਕਾਰਨੀ ਆਮਦਨੀ ਕੀ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਈਆਂ ਹਨ। ਨਾਜ਼ੀਆ ਨੇ ਇਸ ਮਿਸ਼ਨ ਕੀ ਚਲਾਉਣ ਵਾਸਤੇ ਸਭ ਤੋਂ ਪਹਿਲਾਂ ਉਮੀਦ ਸਕੀਮ ਦੇ ਤਹਿਤ ਬੈਂਕ ਵਿੱਚੋਂ 15,000 ਲੋਨ ਲਿਆ, ਜਿਸ ਵਿੱਚ ਉਹਨਾਂ ਨੇ 3 ਸਿਲਾਈ ਮਸ਼ੀਨਾਂ ਅਤੇ ਹੋਰ ਕੁਝ ਸਵੈਟਰ ਬਣਾਉਣ ਵਾਸਤੇ ਧਾਗਾ ਖਰੀਦਿਆ। ਫਿਲਹਾਲ 10 ਕੁੜੀਆਂ ਇਹਨਾਂ ਨੇ ਸੈਂਟਰ ਵਿੱਚ ਕੰਮ ਕਰਨੀਆਂ ਹਨ, ਕੰਮ ਸਿੱਖਣੀਆਂ ਹਨ ਅਤੇ ਇਸ ਸਾਲ ਇਹਨਾਂ ਨੇ ਤਾਦਾਦ ਵਿੱਚ ਵੀ ਇਜ਼ਾਫਾ ਕੀਤਾ ਵੈ ਤਾਂ ਕਿ ਕਾਸੀਆਂ ਖਵਾਤੀਨਾਂ ਹੁਨਰਮੰਦ ਬਣ ਸਕਣ ਅਤੇ ਆਪਣੇ ਕਾਰ ਕੀ ਵੀ ਚਲਾ ਸਕਣ। ਨਾਲ ਨਾਲ ਇਹਨਾਂ ਕੰਮ ਸਿੱਖਣ ਹਾਲੀਆਂ ਕਿ ਹਰ ਮਹੀਨੇ 1500 ਰੁਪਏ ਵੀ ਦਿੱਤੇ ਜਾਣੇ ਹਨ। ਲੋਨ ਨਾਲ ਜਿਹੜਾ ਵੀ ਇਹਨਾਂ ਨੇ ਸਮਾਨ ਖਰੀਦਿਆ ਵਸਾ ਉਸ ਵਿੱਚੋਂ ਸਵੈਟਰਾਂ
ਤਾਂ ਕੱਪੜੇ ਬਣਾ ਕੇ ਉਹਨਾਂ ਸਾਰੀਆਂ ਕੁੜੀਆਂ ਨੇ ਜੰਮੂ ਪੁੰਛ ਮੰਡੀ ਵਿੱਚ ਸਟਾਲ ਲਾ ਕੇ ਫਰੋਖਤ ਕੀਤਾ, ਜਿਸ ਨਾਲ ਉਹਨਾਂ ਸਭਾਂ ਨੇ ਅੱਛੀ ਆਮਦਨੀ ਵੀ ਹੋਈ। ਨਾਜ਼ੀਆ ਨੇ ਇਸ ਸਾਲ ਫਿਰ 50,000 ਨਾਲ ਲੋਨ ਲਿਆ ਅਤੇ ਇਹਨਾਂ ਪੈਸਿਆਂ ਨਾਲ ਉਹਨਾਂ ਨੇ ਖਾਸੇ ਸਾਰੇ ਸਿੰਪਲ ਹੈਂਡਬੈਗ ਵੀ ਖਰੀਦੇ ਹੋਏ ਹਨ। ਜਿਹੜੇ ਹੈਂਡਬੈਗਾਂ ਪਰ ਉਹਨਾਂ ਨੇ ਹੱਥ ਨਾਲ ਕਢਾਈ ਕੱਢੀ। ਜਿਸ ਦਿਨ ਇਹ ਹੈਂਡਬੈਗ ਤਿਆਰ ਹੋਏ ਤਾਂ ਫਿਰ ਉਹਨਾਂ ਨੇ ਦੁਬਾਰਾ ਪੂਰੇ ਜੰਮੂ ਪੁੰਛ ਅਤੇ ਪੁੰਛ ਮੰਡੀ ਵੀ ਸਟਾਲ ਲਾ ਕੇ ਉਹਨਾਂ ਨੇ ਫਰੋਖਤ ਕੀਤੀ ਅਤੇ ਫਿਰ ਉਹਨਾਂ ਦੀ ਆਮਦਨੀ ਜਿਹੜੀ ਹੈ ਵਾ ਦੁੱਗਣੀ ਹੋ ਗਈ। ਇਸ ਸੈਂਟਰ ਦੇ ਤਹਿਤ ਉਹਨਾਂ ਸਾਰੀਆਂ ਖਵਾਤੀਨ ਨੇ ਮੰਡੀ ਅਤੇ ਪੁੰਛ ਨੇ ਤਮਾਮ ਗਰਾਵਾਂ ਵਿੱਚ ਇਸ ਨੇ ਜਾਣਕਾਰੀ ਦਿੱਤੀ, ਜਿਸ ਨੇ ਕਾਮਯਾਬੀ ਇਹ ਹੈ ਕਿ ਅੱਜ ਇਸ ਸੈਂਟਰ ਨੇ ਨਾਲ ਦੂਰ ਦਰਾਜ ਪਹਾੜੀ ਇਲਾਕਾ ਜਾਤ ਤੋਂ ਬਹੁਤ ਸਾਰੀਆਂ ਔਰਤਾਂ ਜੁੜੀਆਂ ਹੋਈਆਂ ਹਨ। ਇਸ ਸਕੀਮ ਦੇ ਤਹਿਤ ਖਵਾਤੀਨ ਆਪਣੇ ਘਰ ਬੈਠੇ ਬੈਠੇ ਕਾਸੇ ਸਾਰੇ ਫਾਇਦੇ ਹਾਸਿਲ ਕਰ ਸਕਣੀਆਂ ਹਨ, ਜਿਸ ਤਰ੍ਹਾਂ ਸਿਲਾਈ ਕਢਾਈ, ਮੁਰਗੀ ਪਾਲਣ, ਕਰਿਆਨੇ ਦੀ ਦੁਕਾਨ ਅਤੇ ਘਰ ਵਿੱਚ ਗਾਈਆਂ ਵਗੈਰਾ ਵੀ ਰੱਖ ਸਕਦੀਆਂ ਹਨ, ਜਿਸ ਨਾਲ ਉਹਨਾਂ ਦੀ ਆਪਣਾ ਵੀ ਫਾਇਦਾ ਹਾਸਿਲ ਹੋ ਸਕੀ ਅਤੇ ਨਾਲ ਦੇ ਮੁਨਾਫਾ ਵੀ ਕਮਾ ਸਕਣਗੀਆਂ ਅਤੇ ਕਿਸੇ ਵੱਲ ਬੋਝ ਨਹੀਂ ਬਣ ਸਕਦੀਆਂ। ਅੱਜ ਕੱਲ੍ਹ ਤਾਂ ਕੁੜੀਆਂ ਨਾ ਹਰ ਜਗ੍ਹਾ ਆਖਦੇ ਹਨ ਕਿ ਕਿਸੇ ਘਰ ਵਿੱਚ ਅਗਰ ਕੁੜੀ ਪੈਦਾ ਹੋ ਜਾਵੇ, ਅਗਰ 4 ਕੁੜੀਆਂ ਹੋਵਨ ਤਾਂ 5 ਹੋਵਨ, ਅਤੇ ਘਰ ਵਾਲੇ ਵੀ ਆਖਦੇ ਹਨ ਕਿ ਇਹ ਸਾਡੇ ਵੱਲ ਬੋਝ ਹਨ, ਅਸੀਂ ਕਿਸ ਤਰ੍ਹਾਂ ਇਹਨਾਂ ਕੀ ਪੜ੍ਹਾ ਸਾਂ, ਅਸੀਂ ਇਹਨਾਂ ਨਾਲ ਖਰਚਾ ਕਿਸ ਤਰ੍ਹਾਂ ਪੂਰਾ ਕਰ ਸਾਂ। ਅਤੇ ਮੈਂ ਉਹਨਾਂ ਕੁੜੀਆਂ ਦੀ ਅੱਜ ਇਹ ਉਮੀਦ ਸਕੀਮ ਜਿਹੜੀ ਹੈ ਦੱਸੀ ਹੈ, ਤਾਂ ਕਿ ਵੇ ਇਸ ਵਿੱਚ ਆਵਣ, ਆਪਣਾ ਰੁਜ਼ਗਾਰ ਕਮਾਵਣ ਔਰ ਆਪਣੇ ਘਰ ਵੀ ਚਲਾਵਣ ਔਰ ਆਪਣੀ ਪੜ੍ਹਾਈ ਵੀ ਕਰਨ। ਮੇਰਾ ਇੱਕ ਆਖਰੀ ਪੈਗਾਮ ਖਵਾਤੀਨ ਵਾਸਤੇ ਇਹੋ ਹੈ ਕਿ ਜਿਹੜੀਆਂ ਪੜ੍ਹੀਆਂ ਲਿਖੀਆਂ ਵੀਆਂ ਕੁੜੀਆਂ ਹਨ, ਅਤੇ ਅਗਰ ਆਪਣੇ ਹੀ ਘਰਾਂ ਵਿੱਚ ਪੜ੍ਹਨਾ ਚਾਹੁਣ ਤਾਂ ਜਾਂ ਖੁਦ ਪੜ੍ਹਾਉਣਾ ਚਾਹੁਣ, ਤਾਂ ਵੇ ਵੀ ਇਸ ਸਕੀਮ ਦੇ ਤਹਿਤ ਖਾਸਾ ਸਾਰਾ ਫਾਇਦਾ ਹਾਸਲ ਕਰ ਸਕਦੀਆਂ ਹਨ ਅਤੇ ਗ੍ਰਾਂ ਵਿੱਚ ਅਕੈਡਮੀਆਂ, ਟਿਊਸ਼ਨ ਸੈਂਟਰ ਖੋਲ੍ਹ ਸਕਦੀਆਂ ਹਨ। ਹਾਂ, ਇੱਕ ਗੱਲ ਹੋਰ ਵੀ ਦੱਸਾਂ ਤੁਸਾਂਗੀ ਕਿ ਇਸ ਸਕੀਮ ਵਿੱਚ ਪੜ੍ਹੀ ਲਿਖੀ ਵੀ ਔਰਤ ਵੀ ਜ਼ਿਆਦਾ ਜ਼ਰੂਰੀ ਨਹੀਂ ਹੈ, ਇਸ ਵਿੱਚ ਅਨਪੜ੍ਹ ਕੁੜੀਆਂ ਵੀ ਜਿਹੜੀਆਂ ਹਨ ਵੇ ਇਸ ਨਾਲ ਫਾਇਦਾ ਹਾਸਲ ਕਰ ਸਕਦੀਆਂ ਹਨ।